ਜੀ ਕਿਵੇਂ ਹੋ ਤੁਸੀਂ ਸਾਰੇ ਜਣੇ? ਤੁਸੀਂ ਦੇਖ ਰਹੇ ਹੋ ਹਿਟਲਰ ਗੇਮਿੰਗ ਯੂਟਿਊਬ ਚੈਨਲ, ਅਤੇ ਮੈਂ ਹਿਟਲਰ ਲੱਗੀ। ਅਤੇ ਭਾਈ ਅਸੀਂ ਮਾੜਾ ਐਕਸਪਲੋਰੇਸ਼ਨ ਕਰਦੇ ਪਏ ਸੀ, ਕਿਤੇ ਆਪਣੇ ਨਾਲ ਅੱਜ ਜੁੜ ਚੁੱਕੇ ਨੇ ਗੇਮਿੰਗ, ਪ੍ਰਭ ਜੁੜ ਚੁੱਕੇ ਨੇ ਆਪਣੇ ਨਾਲ, ਪ੍ਰਭ ਓਪੀ। ਅਤੇ ਬਾਈ ਇਹਨਾਂ ਦਾ ਵੀ ਇੱਕ ਚੈਨਲ ਆ, ਉਹ ਬਾਈ ਨਾਮ ਇਹਨਾਂ ਆ ਦਾ ਚੈਨਲ ਦਾ ਨਾਮ ਹੈਗਾ ਵਾ ਬਲੈਕ ਫਲੈਗ ਆਰਮੀ ਹੈਗਾ ਇਹਨਾਂ ਦੇ ਚੈਨਲ ਦਾ ਨਾਮ। ਅਤੇ ਬਾਈ ਇਹਨਾਂ ਦੇ ਚੈਨਲ ਨੂੰ ਵੀ ਜਾ ਕੇ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਮੇਰੇ। ਅਤੇ ਚਲੋ ਬਾਈ ਵਧਦੇ ਹੁਣ ਅਗਲੇ। ਬਾਈ ਅਸੀਂ ਇਹਦੇ ਐਕਸਪਲੋਸ਼ਨ ਕਰਦੇ ਪਏ ਸੀਗੇ, ਅਤੇ ਬਾਈ ਖੁਦਾਈ ਕਰ ਰਿਹਾ ਸੀਗਾ, ਅਤੇ ਮੈਨੂੰ ਮਿਲ ਗਿਆ ਵਿਲੇਜ। ਉਹ ਵੇਖ ਲਾ ਵਿਲੇਜ ਆ ਸਾਹਮਣੇ, ਮੈਂ ਚੱਲਾ ਕੌਣ? ਅਤੇ ਭਾਈ ਲੋਕ ਆਪਣੇ ਕੋਲ ਵਿਲੇਜ ਮਿਲ ਚੁੱਕਾ ਬਾਈ। ਇਤਨੇ ਬਾਈ ਦੇਖ ਲਓ ਯਾਰ, ਮੇਰਾ ਕਹਾਂ ਪੇ ਥਾ ਉਹ ਦੇਖੋ, ਪੋਜੀਸ਼ਨ ਦੇਖ ਲਓ ਕਹਾਂ ਪੇ ਹੋ। 2500 ਮੀਟਰ ਪੇ ਆ ਗਏ ਹਮਕੋ, ਇੱਕ ਵਿਲੇਜ ਮਿਲਾ ਹੈ 2500। ਸੋਚ ਓ ਬਾਈ ਹਮ ਯਹਾਂ ਪੇ ਕਿਉਂ ਆਏ ਹੋ ਇਹ ਪਤਾ ਹੈ? ਹੈਲੋ, ਹਮ ਯਹਾਂ ਪੇ ਏਕ ਗਾਜਰ ਕੇ ਲੀ ਆਏ ਥੇ, ਕਿਉਂਕਿ ਹਮਾਰੇ ਪਾਸ ਗਾਜਰ ਨਾ ਆਲੂ ਨਹੀਂ ਥੇ, ਲੇਕਿਨ ਹਮਕੋ ਇਤਨੇ ਵਿਲੇਜ ਮਿਲ ਗਿਆ, ਹਮ ਨਹੀਂ ਛੋੜੇਂਗੇ, ਹਮ ਲੂਟ ਲੋ ਲੂਟ। ਆਪਾਂ ਘਰ ਉਵੇਂ ਬਣਾਵਾਂਗੇ, ਬਸ ਥੱਲੀ ਬਣਾਵਾਂਗੇ, ਲੇਕਿਨ ਬਣਾਵਾਂਗੇ ਸਿਰਾ ਲੀਵ ਲਾ ਕੇ। ਹਾਂ ਅਰੇ ਦੇਖੋ ਭਾਈ ਮੇਰੇ ਗਲਾਸਿਸ ਬਰਬਾਦ ਕਰ ਲਿਆ। ਉਹ ਚਟਕਿਆ ਸਾਈਡ ਤੇ ਕਾਹਤੋਂ, ਇੰਨੇ ਨਹੀਂ ਗਲਾਸ ਲਾਉਣੇ, ਪੂਰਾ ਗਲਾਸ ਨਹੀਂ ਬਣਾਉਣੀ ਛਾਤਰੀ, ਥੋੜੀ ਬਹੁਤੀ ਇੱਕ ਪਾਸਾ ਕਰਨਾ ਮੈਂ, ਇੱਕ ਪਾਸੇ ਦਾ ਨਜ਼ਾਰਾ ਨਹੀਂ ਆਉਣਾ, ਵਿਚਾਲੇ ਲਾਉਣੇ ਸੀ ਗਲਾਸ ਯਾਰ। ਹਾਂ ਰਹਿਣ ਦੇ ਫਿਰ ਭੰਨਣ ਨੂੰ, ਇਹ ਮੈਂ ਕੋਈ ਇਹੋ ਜਿਹਾ ਤਰੀਕਾ ਨਹੀਂ ਜਿਹਦੇ ਨਾਲ ਗਲਾਸ ਵੀ ਵਾਪਸ ਮਿਲ ਜਾਣ। ਸੜਕ ਟੱਚ ਦਾ ਫਿਰ, ਸੜਕ ਟੱਚ ਹੀ ਆ ਉਹ, ਮੈਂ ਪਹਿਲਾਂ ਹੀ ਤੋੜ ਲਈ ਆਪਦੇ, ਸਿਲਕ ਟੱਚ ਮਿਲੀ ਸੀਗੀ। ਡਾਇਮੰਡ ਪਿਕਐਕਸ ਦਾ ਕਰਨਾ ਹੈ ਬਲੀ ਜਾਂਦਾ, ਹੁਣ ਬਲੀ ਜਾਂਦਾ ਚੈਸਟ ਨਹੀਂ ਖੋਲ ਰਿਹਾ, ਕੀ ਹੋ ਗਿਆ? ਪਤਾ ਮੈਨੂੰ ਖਤਮ ਹੋ ਗਈ ਯਾਰ। ਦੇਖੋ ਮੇਰੇ ਖਿਆਲ ਸੇ ਇਹ ਤੇ ਵੀਡੀਓ ਐਡ ਕਰਤੇ, ਕਿਉਂਕਿ ਭਾਈ ਹਮਨੇ ਵਿਲੇਜ ਤੋਂ ਛੋੜ ਦਿਆ, ਜੋ ਭਾਈ ਮੈਂ ਕਹਿੰਦੇ ਨਹੀਂ ਕਰ ਪਾਇਆ ਉਸਨੇ ਗੇਮਿੰਗ ਨਹੀਂ ਕਰ ਦਿੱਤਾ। ਤਾਂ ਭਾਈ ਇੱਕ ਵਾਰ ਮੈਂ ਇਸ ਕਾ ਵੀ ਚੈਨਲ ਜੂ ਚੈੱਕ ਆਊਟ ਕਰਨਾ, ਸਸਤੇ ਪ੍ਰਮੋਸ਼ਨ ਉਹਦੇ ਕਰ ਬਣਾ ਲੈਂਦੇ, ਵੀਡੀਓ ਐਡ ਕਰਦੇ ਠੀਕ ਹੈ, ਕਰ ਬਣਾ ਕੇ ਆਲੇ ਮੈਂ ਤਾਂ ਲੈ ਬੜ ਜਾਈ ਥੋੜੀ ਬਤੀ। ਓਏ ਆ ਕੀ ਕਰੀ ਜਾਂਦਾ ਭੋਰਤੀ, ਆਪਣੇ ਨੇ ਕਰਤਾ ਕੰਮ ਹੋਈ ਜਾਏ। ਹੁਣ ਸਹੀ ਲੱਗਦਾ ਥੋੜਾ ਬਹੁਤ, ਨਹੀਂ ਕਰਤਾ ਮੈਂ ਸੈੱਟ। ਅੱਲ
ਬਾਰ ਬਣ ਕੇ ਵੀ ਕੀ ਸਹੀ ਆ ਹਾਂ ਮੈਂ ਉਹ ਮੈਂ ਵੁੱਡ ਦੀਆਂ ਲਾਉਣੀਆਂ ਸੀ ਯਾਰ ਪੌੜੀਆਂ ਕਿਹੜੀਆਂ ਲਾਈ ਜਾਂਦਾ ਗ੍ਰੈਵਲ ਦੀਆਂ ਲਾਈ ਜਾਂਦਾ ਵੇਖੀ ਓਏ ਫਿਰ ਸਟੇਅਰਸ ਕੱਢ ਦੇ ਤੂੰ ਆਪਾਂ ਇਹ ਸਾਰਾ ਕਰ ਦਿੰਦੇ ਹਾਂ ਹਾਂ ਜੀ ਓਏ ਹੈਲੋ ਸਟੇਅਰ ਕੱਢ ਦੇ ਫਿਰ ਸਾਰਾ ਹੀ ਐਂ ਕਰ ਦਿੰਦੇ ਆਪਾਂ ਮੈਂ ਤਾਂ ਕਹਿੰਦਾ ਮੈਂ ਸਾਰਾ ਹੀ ਕਰ ਦੇਵਾਂ ਇੱਥੇ ਓਏ ਭਰਾਵਾ ਇਹ ਕਦੋਂ ਲਾਈ ਜਾਣਾ ਥੱਲੇ ਥੱਲੇ ਕਰਨਾ ਵਾ ਸਮਾਂ ਸਟੇਅਰ ਕੱਢਦੇ ਹੁਣ ਵਿੱਚੋਂ ਕੁੱਤਾ ਪਤਾ ਨਹੀਂ ਹੁਣ ਚੀਕੀ ਜਾਂਦਾ ਐਵੇਂ ਬਹੁਤ ਦਿਮਾਗ ਆਈ ਜਾਂਦਾ ਹੁਣ ਓਏ ਗੇਮ 'ਚ ਬੋਲਦਾ ਪਿਆ ਕਿ ਬਾਹਰ ਆ ਆ ਸਾਰੀਆਂ ਸਟੇਅਰਸ ਤੋੜ ਡਰਟ ਨਹੀਂ ਬੁੱਢ ਲਾਉਣੀ ਇੱਥੇ ਮੈਂ ਡਰਟ ਲੈ ਕੇ ਆਇਆ ਡਰਟ ਹੈਗੀ ਮੇਰੇ ਕੋਲ ਇੱਕ ਸਟੈਕ ਸੀਗਾ ਲੈ ਆ ਫਿਰ ਉੱਥੇ ਇੰਨੀ ਡਰਟ ਪਈ ਸਾਹਮਣੇ ਓਏ ਬਸ ਕਰ ਜਾ ਪਊ ਤੇਰੇ ਜੋੜੇ ਓਏ ਹੈਲੋ ਮੇਰੀ ਗੱਲ ਸੁਣੀ ਜੋ ਘਾਹ ਦੇ ਉੱਤੇ ਐਂ ਕਰੀ ਤਾਂ ਉੱਥੇ ਬਣ ਜਾਂਦਾ ਇਹ ਘਾਹ ਜੇ ਆ ਜਾਣੀ ਹਨਾ ਬੋਨ ਮਿਲ ਮੈਂ ਲੈ ਕੇ ਨਹੀਂ ਆਇਆ तो गाइस इस वीडियो में इतना ही तो मिलते हैं एक और न्यू वीडियो के साथ तो तब तक के लिए बाय बाय और जो भी चैनल मैंने सब्सक्राइब करना मत भूलना चलिए मिलते हैं नेक्स्ट